ਕਿਹੜੀ ਪਾਰਟੀ ਦਾ ਉਮੀਦਵਾਰ ਆਇਆ ਸੀ ਤੇ ਕਿਸਾਨਾਂ ਨੇ ਕਿਉਂ ਵਿਰੋਧ ਕੀਤਾ ਜੀ? ਕਿਉਂਕਿ ਅੱਜ ਖਿਆਲੀ ਚੈਲੰਜ ਦੇ ਵਿੱਚ ਜੋ ਭਾਜਪਾ ਦਾ ਇੱਥੇ ਇੱਕ ਲੀਡਰ ਆਇਆ ਸੀ ਆਪਦੀ ਜਮਾਇਸ਼ ਜਮਾਉਣ ਦੇ ਖਾਤਰ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਵਿਰੋਧ ਇਸ ਕਰਕੇ ਕੀਤਾ ਗਿਆ ਕਿਉਂਕਿ ਸਾਢੇ 700 ਕਿਸਾਨਾਂ ਦੀ ਕਾਤਲ ਸਰਕਾਰ ਹੈ ਜਿਹੜੀ ਉਹ ਮੋਦੀ ਸਰਕਾਰ ਹੈ ਭਾਜਪਾ ਸਰਕਾਰ ਸਾਡੇ ਕਾਤਲਾਂ ਦੀ ਹੈ ਜ਼ਿੰਮੇਵਾਰ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਚਿਰ ਸਾਡੇ ਪਿੰਡਾਂ ਵਿੱਚੋਂ ਆਉਣ ਨਹੀਂ ਹਟਣਗੇ ਸਾਡਾ ਵਿਰੋਧ ਹੈ ਜਿਹੜਾ ਉਹ ਜਾਰੀ ਰਹੂਗਾ ਸਾਰੀਆਂ ਪਾਰਟੀਆਂ ਦਾ ਜਾਂ ਮਤਲਬ ਕਿ ਕਿਸੇ ਇੱਕ ਪਰਸਨ ਅਸੀਂ ਜਿਹੜੀ ਸਾਡੀ ਬੀਕੇਯੂ ਡਕੌਂਦਾ ਵੱਲੋਂ ਫੈਸਲਾ ਲਿਆ ਹੋਇਆ ਉਸ ਦੀ ਅਗਵਾਈ ਦੇ ਵਿੱਚ ਸਰਦਾਰ ਬੂਟਾ ਸਿੰਘ ਗੁਰਜਗਿੱਲ ਵੱਲੋਂ ਸਾਨੂੰ ਇਹ ਕਿਹਾ ਗਿਆ ਵੀ ਬੀਕੇਯੂ ਡਕੌਂਦਾ ਵੱਲੋਂ ਭਾਜਪਾ ਲੀਡਰਾਂ ਦਾ ਬਕਾਇਦਾ ਤੌਰ 'ਤੇ ਪੂਰੇ ਵਿਰੋਧ ਕਰਨਾ ਹੈ ਪੂਰੀ ਨਾਰੀਆਬਾਜ਼ੀ ਕਰਨੀ ਉਹਨਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਾ ਜਿੰਨਾ ਚਿਰ ਜਿਹੜੇ ਸਾਡੇ ਕੀਤੇ ਹੋਏ ਵਾਅਦੇ ਹੈ ਉਹ ਪੂਰੇ ਨਹੀਂ ਕਰ ਲੈਂਦੇ ਜਿਵੇਂ ਕਿਸਾਨੀ ਮਸਲੇ ਵਾਲੇ ਪਰਚੇ ਨੇ MSP ਹੈ ਜਿਹੜੇ 15-15 ਲੱਖ ਦੇ ਲਾਰੇ ਲਾ ਕੇ ਸਾਥੋਂ ਵੋਟਾਂ ਬਟੋਰ ਕੇ ਰਾਸ ਗੱਦੀ 'ਤੇ ਬੈਠੇ ਨੇ ਉਹਨਾਂ ਚਿਰ ਅਸੀਂ ਉਹ ਵਾਅਦੇ ਪੂਰੇ ਕਰਾਏ ਬਿਨਾਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ।